ਵਾਹ ਗੁਰੂ 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 ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਪੰ ਗੁਰ ਪ੍ਰਸਾਦ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਹੋ ਬਖਮ ਨਦੀ ਜਾਏ ਤੜਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਜੈਤ ਸ੍ਰੀ ਮਹਲਾ ਪੰਜਵਾਂ ਵਾਰ ਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ ਰਵਣ ਨਾਨਕ ਅਗਨਾਸਨ ਜਗਦੀਸ਼ਵਰ ਹੈ ਪੇਖਨ ਸੁਨਨ ਸੁਨਾਵਨੁ ਮਨ ਮੈਂ ਦੜੀ ਆਇ ਸਾਚ ਪੂਰ ਰਿਓ ਸਰਬ ਧਰਮੈਂ ਨਾਨਕ ਹਰ ਰੰਗ ਰਾਜ ਪਾਉੜੀ ਹਰ ਏਕ ਨਰੰਜਨ ਗਾਇਆ ਸਭ ਅੰਤਰ ਸੋਈ ਕਰਨ ਕਾਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪਿ ਉਥਾਪਦਾ ਜਿਸ ਬਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ 부ਝਾਏ ਸੋ बुज्ਸੀ ਨਿਰਮਲ ਜਨ ਸੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਰੀਬ ਨਵਾਜ਼ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰੇ ਸਦੀ ਹੋਈ ਵਰਭਾਗੀ 사 ਸੰਗਤ ਸਤਿਗੁਰੂ ਜੀ ਨੇ ਰਾਮੰਤ ਕੀਤੀ ਹੈ। ਇਹ ਸੁਪਾਕੜੀ ਸਤਸੰਗ ਦੀ ਸੰਨ ਪ੍ਰਾਪਤ ਹੋਈ ਹੈ। ਜੈਸਤਰੀ ਕੀ ਵਾਰ ਦੇ ਵਿੱਚੋਂ ਜੋ ਪੰਚਮ ਪਾਸ਼ਾ ਦੁਆਰਾ ਵਿਚਾਰੀ ਗਈ ਹੈ। ਪਹਿਲੀ ਪਾਉੜੀ ਤੇ ਸ਼ਲੋਕਾਂ ਦਾ ਪਾਠ ਆਪਾਂ ਸਰਵਣ ਕੀਤਾ ਹੈ। ਏ ਅਜਸਤ ਗੁਰੂ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਆਰੰਭ ਵਿੱਚ ਮੰਗਲ ਹੈ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਖ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ ਰਮਣੰ ਨਾਨਕ ਅਗਨਾਸਨ ਜੁਦਰੀਸਰ ਹੈ ਰਬ ਦੇ ਪਿਆਰ ਵਾਲੇ ਜੋ ਸੰਤ ਜਨ ਹਨ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਹੀ ਸਿਮਰਦੇ ਰਹਿੰਦੇ ਹਨ ਜੋ ਯਾਦ ਵਿੱਚ ਜੁੜੇ ਰਹਿੰਦੇ ਹਨ ਜੋ ਆਦ ਵਿੱਚ ਵੀ ਪੂਰਨ ਹੈ ਪਾਪ ਜਦੋਂ ਕੁਛ ਨਹੀਂ ਸੀ ਉਦੋਂ ਵੀ ਸੀ ਉਹ ਹੁਣ ਵੀ ਹੈ ਅੰਤਪੂਰਨ ਅਤੇ ਸਭ ਕੁਝ ਖਤਮ ਹੋਣ ਤੋਂ ਬਾਅਦ ਆ ਵੀ ਜੋ ਰਹੇਗਾ ਉਹ ਵਾਹਿਗੁਰੂ ਪਰਮੇਸ਼ਰ ਜੋ ਜਿਸ ਦਾ ਵਾਹਿਗੁਰੂ ਦੇ ਪਿਆਰੇ ਸਿਮਰਨ ਕਰਦੇ ਹਨ ਉਹ ਪਾਪਾਂ ਦਾ ਨਾਸ਼ ਕਰਨ ਵਾਲਾ ਜਿਹੜੀਆਂ ਵੀ ਗਲਤੀਆਂ ਇਨਸਾਨ ਦੇ ਕੋਲ ਆਪਣੇ ਜੀਵਨ ਕਾਲ ਦੇ ਵਿੱਚ ਹੁੰਦੀਆਂ ਹਨ ਸਿਮਰਨ ਕਰਨ ਦੇ ਨਾਲ ਉਹ ਇਨ੍ਹਾਂ ਪੁਲਾ ਨੂੰ ਬਖਸ਼ ਦਿੰਦਾ ਹੈ ਇਹ ਉਹਦਾ ਸੁਭਾਅ ਹੈ ਵੇਖਣ ਸੁਣਨ ਸਦਾ ਮਨ ਮੈਂ ਡਿੜ ਗਿਆ ਸਾਚ ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਜੋ ਵਾਹਿਗੁਰੂ ਪਰਮੇਸ਼ਰ ਸਭ ਕੁਝ ਦੇਖ ਰਿਹਾ ਹੈ ਸਾਨੂੰ ਦੇਖ ਰਿਹਾ ਹੈ ਸੁਣ ਰਿਹਾ ਹੈ ਸਭ ਦੀਆਂ ਗੱਲਾਂ ਸੁਣ ਵੀ ਰਿਹਾ ਹੈ ਸੁਨਾਵਨ ਸਭ ਨੂੰ ਸੁਣਾ ਵੀ ਰਿਹਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਸਦਾ ਜੁੜੇ ਰਹਿਣਾ ਚਾਹੀਦਾ ਹੈ ਉਸ ਨੂੰ ਮੁੜ ਮੁੜ ਕੇ ਯਾਦ ਕਰਨਾ ਚਾਹੀਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਹਰ ਥਾਂ ਹਾਜ਼ਰ ਨਾਜ਼ਰ ਹੈ ਉਸ ਨੂੰ ਪ੍ਰੇਮ ਦੇ ਨਾਲ ਯਾਦ ਕਰੀਏ ਤਾਂ ਉਹ ਸਾਡੇ ਕੋਲ ਵੀ ਹਾਜ਼ਰ ਹੋ ਜਾਂਦਾ ਹੈ ਪਾਉੜੀ ਹਰ ਇੱਕ ਨਰੰਜਨ ਗਾਈਐ ਸਭ ਅੰਤਰ ਸੋਈ ਕਾਣ ਕਾਣ ਸਮਰੱਥ ਪ੍ਰਭ ਜੋ ਕਰੇ ਸੋਈ ਓਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਤਿੰਨਾ ਗੁਣਾ ਤੋਂ ਅਤੀਤ ਹੈ ਨਰੰਜਨ ਦਾ ਅਰਥ ਹੈ ਤ੍ਰਿਗੁਣ ਤੇ ਜੋ ਪਿੰਨ ਹੈ ਜਿਸ ਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ ਮਾਇਆ ਦੇ ਤਿੰਨ ਗੁਣ ਹਨ ਸਤੋ ਰਜੋ ਅਤੇ ਤਮੋ ਵਾਹਿਗੁਰੂ ਇਹਨਾਂ ਤਿੰਨਾ ਗੁਣਾ ਤੋਂ ਅਤੀਤ ਹੈ ਪਾਵੇਨ ਤਿੰਨਾ ਗੁਣਾ ਦਾ ਉਸਤੇ ਕੋਈ ਅਸਰ ਨਹੀਂ ਹੈ ਉਸ ਵਾਹਿਗੁਰੂ ਨੂੰ ਹਰ ਵੇਲੇ ਹੀ ਉਹਦੇ ਗੁਣ ਗਾਉਣੇ ਚਾਹੀਦੇ ਹਨ ਉਸ ਨੂੰ ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿਣਾ ਚਾਹੀਦਾ ਹੈ ਸਾਰਿਆਂ ਦੇ ਅੰਦਰ ਜੋ ਹੈ ਉਹ ਕਰਨ ਕਰਮ ਸਮਰੱਥ ਹੈ ਔਰ ਜੋ ਕੁਛ ਕਰਦਾ ਹੈ ਆਪਣੀ ਮਰਜ਼ੀ ਦੇ ਨਾਲ ਕਰਦਾ ਹੈ ਕਿਸੇ ਦੀ ਉਹਨੂੰ ਕੋਈ ਸਲਾਹ ਲੈਣ ਦੀ ਲੋੜ ਨਹੀਂ ਹੈ ਨਾ ਹੀ ਉਹ ਕਿਸੇ ਦੀ ਸਲਾਹ ਨੂੰ ਮੰਨਦਾ ਹੀ ਹੈ ਆਪਣੀ ਮਰਜ਼ੀ ਦੇ ਅਨਸਾਰ ਜੋ ਚਾਹੁੰਦਾ ਹੈ ਉਹ ਕਰ ਹੀ ਜਾਂਦਾ ਹੈ ਖਿੰਮੇ ਥਾਪ ਉਥਾਪ ਦਾ ਤਿਸ ਵਿੱਚ ਨਹੀਂ ਕੋਈ ਵਾਹਿਗੁਰੂ ਪਰਮੇਸ਼ਰ ਜੋ ਅਜਿਹਾ ਪਰਮੇਸ਼ਰ ਜੋ ਕਾਰਨ ਕਾਰਨ ਸਮਰੱਥ ਹੈ ਹਰ ਥਾਂ ਹਾਜ਼ਰ ਨਾਜ਼ਰ ਹੈ ਇਹ ਉਸ ਦੀ ਸ਼ਕਤੀ ਹੈ ਇੰਨੀ ਤਾਕਤ ਦਾ ਮਾਲਕ ਹੈ ਕਿ ਕ੍ਰਿਸ਼ਨ ਦੇ ਵਿੱਚ ਜੋ ਚਾਹੇ ਬਣਾ ਸਕਦਾ ਹੈ ਤੇ ਜੋ ਚਾਹੇ ਉਸ ਦਾ ਨਾਸ ਵੀ ਕਰ ਸਕਦਾ ਚਾਹੇ ਸਾਰਾ ਕੁਝ ਹੀ ਖਤਮ ਕਰ ਦੇਵੇ ਚਾਹੇ ਛੇਨ ਵਿੱਚ ਹੀ ਸਭ ਕੁਝ ਹੀ ਬਣਾ ਦੇਵੇ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਵਾਹਿਗੁਰੂ ਪਰਮੇਸ਼ਰ ਹਰ ਥਾਂ ਹਾਜ਼ਰ ਹੈ ਜਿੱੰਨੀ ਸ੍ਰਿਸ਼ਟੀ ਇਸਾਜੀ ਹੋਈ ਹੈ ਸਾਰੇ ਬ੍ਰਹਿਮੰਡਾਂ ਦੇ ਵਿੱਚ ਦੀਪਾਂ ਦੇ ਸਮੁੰਦਰ ਜਿਹੜੇ ਕਾਪੂ ਹਨ ਪਾਪ ਸਭ ਥਾਈਂ ਪਾਣੀ ਦੇ ਵਿੱਚ ਵੀ ਉਹ ਹਰ ਥਾਂ ਹੀ ਹਾਜ਼ਰ ਨਾਜ਼ਰ ਹੈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਪਰ ਹਰ ਇੱਕ ਉਸ ਨੂੰ ਜਾਣਦਾ ਨਹੀਂ ਹੈ ਉਹ ਸਾਰਿਆਂ ਨੂੰ ਦੇਖ ਰਿਹਾ ਹੈ ਲੇਕਿਨ ਸਾਰੇ ਉਸ ਨੂੰ ਨਹੀਂ ਦੇਖ ਰਹੇ ਹਨ ਬਸ ਇਸੇ ਕਰਕੇ ਹੀ ਉਹਦੀ ਸਮਝ ਨਹੀਂ ਆਉਂਦੀ ਹੈ ਭਾਵੇਂ ਕੋੜ ਹੈ ਫਿਰ ਵੀ ਉਸ ਦੀ ਸਮਝ ਨਹੀਂ ਆਉਂਦੀ ਕਿ ਸਾਗੇ ਕੋੜ ਹੈ ਪਰ ਜਿਸ ਦੇ ਉੱਤੇ ਉਹ ਕਿਰਪਾ ਕਰਦਾ ਹੈ ਉਸ ਨੂੰ ਗੁਰੂ ਨਾਮ ਲਾ ਦਿੰਦਾ ਹੈ ਜਿਸ ਤੇ ਗੁਰੂ ਕਿਰਪਾ ਕਰਦਾ ਹੈ ਗੁਰੂ ਉਸ ਨੂੰ ਸ਼ਬਦ ਨਾਲ ਜੋੜ ਦਿੰਦਾ ਹੈ ਸ਼ਬਦ ਨਾਲ ਜੋੜ ਕੇ ਉਸ ਨੂੰ ਗਿਆਨ ਬਖਸ਼ਦਾ ਆਰੇ ਜਦੋਂ ਗਿਆਨ ਗੁਰ ਸਿੱਖਣ ਹੁੰਦਾ ਹੈ ਕਿ ਜੋ ਵਾਹਿਗੁਰੂ ਪਰਮੇਸ਼ਰ ਸਾਰੇ ਥਾਈਂ ਰਮਿਆ ਹੋਇਆ ਹੈ ਇਹ ਸਾਰੀ ਸ੍ਰਿਸ਼ਟੀ ਦਾ ਆਧਾਰ ਉਸ ਦਾ ਨਾਮ ਹੀ ਹੈ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਸਮਝ ਆ ਗਈ ਅਸ ਕਿਸ ਹਾਰੀ ਸ੍ਰਿਸ਼ਟੀ ਦਾ ਜੋ ਮੂਲ ਹੈ ਉਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਜੇ ਤੱਕ ਕੀਤਾ ਤੇ ਤਾਂ ਨਾ ਉਹ ਗਣਨਾਵੇਂ ਨਹੀਂ ਕੋਤਾਂ ਬਸ ਉਹ ਨਾਮ ਵਾਲੀ ਗੱਲ ਨੂੰ ਪਕੜ ਲੈਂਦਾ ਹੈ ਫਿਰ ਉੱਠ ਤੇ ਬੈਠ ਤੇ ਹਰ ਵੇਲੇ ਹੀ ਉੱਠਦੇ ਆ ਬੈਠਦੇ ਆ ਸਤਿਆਂ ਜਾਗਦੇ ਆ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਮੁੜ ਮੁੜ ਕੇ ਬਾਰ ਬਾਰੰਬਾਰ ਜਪੀ ਜਾਂਦਾ ਹੈ ਜਪੀ ਜਾਂਦਾ ਹੈ ਜਿਵੇਂ ਜਿਵੇਂ ਜਪੀ ਜਾਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਉਸ ਦੇ ਹਿਰਦੇ ਵਿੱਚ ਪ੍ਰਗਟ ਹੋਈ ਜਾਂਦਾ ਹੈ ਸੋ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ ਔਰ ਜਿਸ ਨੂੰ ਬੁਝਾ ਦਿੱਤਾ ਉਸ ਦਾ ਜੀਵਨ ਨਿਰਮਲ ਹੋ ਜਾਂਦਾ ਹੈ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੀ ਸਮਝ ਨਹੀਂ ਆਉਂਦੀ ਹੈ ਉਸ ਦੇ ਨਾਲ ਆਪ ਨਹੀਂ ਹੁੰਦਾ ਉਹਨਾਂ ਚਿਰ ਜੀਵਨ ਦੇ ਜਨ ਮਨ ਦੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਹਨ ਔਰ ਇੰਨਾ ਵਿੱਚ ਚੰਗੇ ਵਿਚਾਰ ਵੀ ਹੁੰਦੇ ਹਨ ਮੰਦੇ ਵਿਚਾਰ ਵੀ ਹੁੰਦੇ ਹਨ ਮੰਦੇ ਵਿਚਾਰ ਜਿਹੜੇ ਮੈੜ ਹੈ ਜਦੋਂ ਮੰਦੇ ਵਿਚਾਰ ਹੀ ਹਰ ਵੇਲੇ ਆਈ ਜਾਣ ਤਾਂ ਇਹਦਾ ਮਤਲਬ ਮੈੜਾ ਹੈ ਮਨ ਬਹੁਤ ਜ਼ਿਆਦਾ ਹੀ ਮੈੜਾ ਹੈ ਪਰ ਇਸਨ ਨਿਰਮਲ ਵੀ ਉਸੇ ਨਹੀਂ ਕਰਨਾ ਹੈ ਆਪਣੀ ਯਾਦ ਵਿੱਚ ਜੁੜ ਕੇ ਆਪਣੇ ਨਾਮ ਨਾਲ ਜੁੜ ਕੇ ਉਸੇ ਨਹੀਂ ਨਿਰਮਲ ਕਰਨਾ ਹੈ ਸੋ ਇਹ ਪਾਵਨ ਵਿਦੇਜ ਅੱਜ ਸਤਕਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੋ ਅੱਜ ਦਾ ਹੁਕਮਨਾਮਾ ਹੈ ਅਰਘਾਂ ਸਕੀਵਾਰ ਦੇ ਵਿੱਚੋਂ ਅਸੀਂ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਸੀ ਆਓ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ 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 ਵਾਹਿ ਕੱਲ ਆਪਾਂ ਸੋਲਵੀਂ ਪੌੜੀ ਦੀ ਵਿਚਾਰ ਸਰਵਣ ਕਰ ਰਹੇ ਸੀ ਆਜਿ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ ਸਲੋਕ ਮਹਲਾ 3 ਗੁਰਮਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦ ਐ ਸਾਧਨਾ ਆਇਓ ਮਰ ਜਨਮੇ ਵਾਰੋ ਵਾਰ ਮਨੁੱਖਾ ਜਨਮ ਪ੍ਰਾਪਤ ਕਰਕੇ ਜਿਹੜਾ ਗੁਰੂ ਦੇ ਸਨਮੁਖ ਨਹੀਂ ਹੋਇਆ ਗੁਰਮਖ ਕਾਹਨ ਹੈ ਜਿਹੜਾ ਗੁਰੂ ਦੇ ਸਨਮਖ ਹੋ ਜਾਂਦਾ ਹੈ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ ਕਦੇ ਗੁਰੂ ਦੀ ਗੱਲ ਸੁਣੀ ਨਹੀਂ ਜੇ ਸੁਣ ਲਈ ਤਾਂ ਉਸ ਨੂੰ ਮੰਨਿਆ ਨਹੀਂ ਜੇ ਸਮਝ ਲੱਗ ਵੀ ਗਈ ਤਾਂ ਉਸ ਨੂੰ ਆਪਣੇ ਜੀਵਨ ਵਿੱਚ ਕਾ ਲਿਆ ਨਹੀਂ ਹੈ ਮਾਰੇ ਕਹਿੰਦੇ ਹਨ ਕਿ ਅਜੇਹਾ ਇਨਸਾਨ ਜੋ ਹੈ ਉਸ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਲੱਗ ਸਕਦਾ ਇਹਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਇਹ ਹੈ ਕਿ ਗੁਰੂ ਦੀ ਛਣ ਵਿੱਚ ਆਉਣਾ ਫਿਰ ਗੁਰੂ ਨੂੰ ਸਮਰਪਣ ਕਰ ਦੇਣਾ ਕਿ ਸੱਚੇ ਪਾਤਸ਼ਾਹ ਇਹ ਹੁਣ ਨਾ ਤਾਂ ਮੇਰਾ ਏ ਤਨ ਮੇਰਾ ਹੈ ਨਾ ਹੀ ਇਹ ਮਨ ਹੀ ਮੇਰਾ ਹੈ ਆਪਾਂ ਤਨ ਸੌਂਬਦੇ ਹਾਂ ਤਨ ਅਤੇ ਮਨ ਨਹੀਂ ਸੌਂਬਦੇ ਹਾਂ ਤਨ ਵੀ ਕਈ ਵਾਰੀ ਸੌਂਬ ਦਿੰਦੇ ਹਾਂ ਲੇਕਿਨ ਮਨ ਨਹੀਂ ਸੌਂਬਦੇ ਮਨ ਨਹੀਂ ਸੌਂਬਦੇ ਇਸ ਕਰਕੇ ਅਸੀਂ ਆਪਣੀ ਮਰਜ਼ੀ ਕਰੀ ਜਾਂਦੇ ਹਾਂ ਗੁਰੂ ਦੀ ਗੱਲ ਦਾ ਮਨ ਤੇ ਅਸਰ ਹੋਣਾ ਹੈ ਸਰੀਰ ਤੇ ਨਹੀਂ ਮਨ ਤੇ ਅਸਰ ਹੁੰਦਾ ਹੈ ਜਦੋਂ ਮਨ ਮੰਨਦਾ ਹੀ ਨਹੀਂ ਹੈ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਹੀ ਨਹੀਂ ਹੈ ਆਪਣੀ ਮਰਜ਼ੀ ਫੇਰ ਕਰੀ ਜਾਏਗਾ ਇਸ ਕਰਕੇ ਮਾਰੇ ਕਹਿੰਦੇ ਕਿ ਨਾਮ ਨਾਲ ਉਸਦਾ ਪਿਆਰ ਨਹੀਂ ਮੁੱਖ ਗੱਲ ਤਾਂ ਨਾਮ ਦੀ ਹੈ ਤੇ ਨਾਮ ਦੇ ਨਾਲ ਉਸਦਾ ਪਿਆਰ ਪੈਂਦਾ ਨਹੀਂ ਹੈ ਸ਼ਬਦ ਹੈ ਸਾਧਨਾ ਆਇਓ ਮਰ ਜਨਮੇ ਵਾਰੋ ਵਾਰ ਨਾ ਹੀ ਉਸ ਨੂੰ ਗੁਰੂ ਸ਼ਬਦ ਦਾ ਰਸ ਹੀ ਆਉਂਦਾ ਹੈ ਇਹ ਜਿਹੜੀ ਪਾਵਨ ਬਾਣੀ ਹੈ ਇਹ ਅੰਮ੍ਰਿਤ ਹੈ ਹੁਣ ਇਹ ਇਸ ਅਮਰਤ ਨੂੰ ਵਿਰਲੇ ਪੀਂਦੇ ਹਨ ਰਸ ਕਿੰ ਨੂੰ ਆਉਂਦਾ ਹੈ ਜਿਸ ਦੀ ਸਰਤੀ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ ਜਦੋਂ ਸਰਤੀ ਸ਼ਬਦ ਦੇ ਵਿੱਚ ਜੁੜਦੀ ਹੈ ਉਦੋਂ ਇਹ ਰਸ ਪ੍ਰਾਪਤ ਕਰਦੀ ਹੈ ਮਨ ਜਿਹੜਾ ਹੈ ਰਸ ਪ੍ਰਾਪਤ ਕਰਦਾ ਹੈ ਇਸ ਨੂੰ ਆਨੰਦ ਆਉਂਦਾ ਹੈ ਫਿਰ ਹੋਰ ਪਿਆਰ ਦੇ ਨਾਲ ਬਾਣੀ ਪੜਨ ਦੀ ਕਰਦਾ ਪਾਣੀ ਉਦੋਂ ਪਿਆਰ ਨਾਲ ਪੜਨ ਦੀ ਕਰਦਾ ਹੈ ਜਦੋਂ ਇਸ ਦੇ ਵਿੱਚ ਰਸ ਆਉਂਦਾ ਸੋ ਕਿਉਂਕਿ ਗੁਰੂ ਦੀ ਛਾਣ ਵਿੱਚ ਆਇਆ ਹੀ ਨਹੀਂ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਮੰਨਿਆ ਹੀ ਨਹੀਂ ਹੈ ਇਸ ਕਰਕੇ ਅਜਿਹਾ ਇਨਸਾਨ ਜਿਹੜਾ ਹੈ ਉਹ ਗੁਰੂ ਦੇ ਪਾਵਨ ਉਪਦੇਸ਼ ਦਾ ਵੀ ਰਸ ਨਹੀਂ ਚੱਕ ਸਕਦਾ ਉਹਨੂੰ ਪਤਾ ਨਹੀਂ ਹੈ ਨਾ ਹੀ ਉਹ ਗੁਰੂ ਦੇ ਉਪਦੇਸ਼ ਦੀ ਪਰਵਾਹ ਹੀ ਕਰਦਾ ਹੈ ਜੇ ਰਾਤ ਸਾਬੇ ਤਾਂ ਹੀ ਕਹੇਗਾ ਨਾ ਪਰ ਉਹ ਮੰਨਣੀ ਹੀ ਨਹੀਂ ਹੈ ਉਸਨੇ ਇਸ ਕਰਕੇ ਜੰਮਦਾ ਮਰਦਾ ਰਹਿੰਦਾ ਹੈ ਮਨਮੁਕੰਦ ਨਾ ਚੇਤਈ ਕਿ ਤਾਇਆ ਸੰਸਾਰ ਮਨਮੁਕ ਇਨਸਾਨ ਜਿਹੜਾ ਮਨ ਦੀ ਮਤ ਪਿਛੇ ਚੱਲਣ ਵਾਲਾ ਹੈ ਅਗਿਆਨੀ ਹੈ ਅੰਦਾ ਹੈ ਗਿਆਨ ਦੀਆਂ ਅੱਖਾਂ ਨਹੀਂ ਹਨ ਉਸ ਦੇ ਕੋਲ ਉਹ ਕਾਦੇ ਵਾਸਤੇ ਸੰਸਾਰ ਵਿੱਚ ਆਇਆ ਪਾਉ ਉਹਦਾ ਸੰਸਾਰ ਵਿੱਚ ਆਉਣਾ ਜਿਹੜਾ ਹੈ ਬੇਕਾਰ ਹੈ ਕਿਉਂ ਕਿਉਂਕਿ ਗੁਰੂ ਦੀ ਮਤੋਂ ਨੇ ਲਈ ਹੀ ਨਹੀਂ ਜਿਹਦੇ ਨਾਲ ਉਹਦਾ ਜੀਵਨ ਬਦਲਣਾ ਸੀ ਇਸ ਜਨਮ ਮਰਨ ਦੇ ਚੱਕਰ ਚੋਂ ਨਿਕਲਣਾ ਸੀ ਉਹ ਉਸ ਨੇ ਲਈ ਹੀ ਨਹੀਂ ਇਸ ਕਰਕੇ ਉਹਦਾ ਆਉਣਾ ਸੰਸਾਰ ਜਿੰਨੇ નિਸਫਲ ਹੋ ਜਾਂਦਾ ਨਾਨਕ ਜਿੰਨ ਕੋ ਨਦਰ ਕਰੇ ਸੇ ਗੁਰਮਖ ਲੰਗੇ ਪਾਰ ਪਰ ਜੀਵ ਤਾਂ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਦੇ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ ਮਿਹਰ ਦੀ ਨਜ਼ਰ ਕਰ ਦਿੰਦਾ ਹੈ ਗੁਰੂ ਨਾਮ ਰਾ ਦਿੰਦਾ ਹੈ ਗੁਰੂ ਕਿਰਪਾ ਕਰਕੇ ਬਾਣੀ ਦੇ ਨਾਲ ਜੋੜ ਦਿੰਦਾ ਹੈ ਬਾਣੀ ਕਿਰਪਾ ਕਰਕੇ ਨਾਮ ਦੇ ਨਾਲ ਸੰਗਤ ਨਾਲ ਜੋੜ ਦਿੰਦੀ ਹੈ ਇਹ ਰਹਿਮ ਤਾਂ ਅੱਗੇ ਵੱਧਦੀ ਜਾਂਦੀ ਹੈ ਅੱਗੇ ਦੀ ਅੱਗੇ ਤੁਰ ਹੀ ਜਾਂਦੀ ਹੈ ਅਜਿਹੇ ਗੁਰੂ ਦੇ ਪਿਆਰ ਵਾਲੇ ਜਿਹੜੇ ਹਨ ਉਹ ਇਸ ਸੰਸਾਰ ਸਾਗਰ ਤੋਂ ਬੜੀ ਆਸਾਨੀ ਨਾਲ ਪਾਰ ਲੰਘ ਜਾਂਦੇ ਹਨ ਜਿਹੜਾ ਇਸ ਸੰਸਾਰ ਵਿੱਚ ਮੁਰਮੜ ਜੰਮਣਾ ਮਰਨਾ ਹੈ ਏਡੋ ਕੁੜੀਆਂ ਖਾਣੀਆਂ ਹਨ ਸੰਸਾਰ ਦੇ ਵਿੱਚ ਜਿਵੇਂ ਖੋਧੀਆਂ ਗੰਗਾ ਪਾਣੀ ਵਿੱਚ ਘੁੰਮੀਆਂ ਜਾਂਦੀਆਂ ਹਨ ਮੜਮੜ ਕੇ ਕਦੀ ਖਾਲੀ ਹੋ ਕੇ ਉੱਤੇ ਥੱਲੇ ਨੂੰ ਚਲ ਜਾਂਦੀਆਂ ਹਨ ਥੱਲੇ ਉੱਪਰੀਆਂ ਹੋਈਆਂ ਆ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਮਨਮੁਖ ਲੋਕ ਜਿਹੜੇ ਹਨ ਉਹ ਸੰਸਾਰ ਦੇ ਵਿੱਚ ਇੰਜ ਗੁਕੜੀਆਂ ਖਾਂਦੇ ਰਹਿੰਦੇ ਹਨ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਇਸੇ ਹੀ ਚੱਕਰ ਦੇ ਸਾਰੀ ਉਮਰ ਹੀ ਲੰਘ ਜਾਂਦੀ ਹੈ ਮਹਲਾਤੀ ਜਾਏ ਇੱਕੋ ਸਤਗੁਰ ਜਾਗਦਾ ਹੋਰ जग ਸੁੱਤਾ ਮੋਹੇ ਪਿਆਸ ਜੇ ਧਿਆਨ ਮਾਰੀਏ ਤਾਂ ਗੁਰੂ ਤਾਂ ਸਦਾ ਹੀ ਜਾਗਦਾ ਹੈ ਗੁਰੂ ਨਹੀਂ ਸੌਂਦਾ ਹੈ ਜੇ ਗੁਰੂ ਹੀ ਸੌਂ ਗਿਆ ਤਾਂ ਸਾਰਾ ਜਗਤ ਫਿਰ ਫਿਰ ਕਿੱਥੋਂ ਜਾਗੇਗਾ ਭਾਵੇਂ ਗੁਰੂ ਹਰ ਵੇਲੇ ਸੁਚੇਤ ਹੈ ਇਹ ਹੀ ਕਾਰਨ ਹੈ ਕਿ ਪਤਾ ਨਹੀਂ ਕਿੱਥੇ ਗੁਰੂ ਨੂੰ ਕਿਸੇ ਨੇ ਯਾਦ ਕਰ ਲੈਣਾ ਹੈ ਜੇ ਸੁਚੇਤਨਾ ਹੋਵੇ ਤਾਂ ਉਹ ਗੱਲ ਕਿਵੇਂ ਸੁਣੇਗੀ ਮੱਖਣ ਛਾਹ ਕਿੱਥੇ ਵਿਖਾ ਹੋਇਆ ਹੈ ਉਸ ਦੀ ਗੱਲ ਨੂੰ ਗੁਰੂ ਨੇ ਸੁਣ ਲਿਆ ਨਾ ਜੇ ਸੁਚੇਤ ਸੀ ਜਾਗਦਾ ਸੀ ਤਾਂ ਹੀ ਸੁਣੀ ਹੈ ਨਾ ਨਹੀਂ ਤਾਂ ਕਿੱਥੋਂ ਸੁਣ ਲੈਂਦਾ ਸੋ ਗੁਰੂ ਸਦਾ ਹੀ ਜਾਗਦਾ ਹੈ ਭਾਵ ਸचेत ਹੈ ਪਰ ਸੰਸਾਰੀ ਲੋਕਾਂ ਦੀ ਹਾਲਤ ਕੀ ਹੈ ਮੋਹ ਦੇ ਵਿੱਚ ਫਸੇ ਹੋਏ ਹਨ ਆ ਮੇਰਾ ਹੈ ਸਰੀਰ ਦਾ ਮੋਹ ਪਾਇਆ ਹੋਇਆ ਹੈ ਪਰਿਵਾਰ ਦਾ ਮੋਹ ਪਾਇਆ ਹੋਇਆ ਹੈ ਰਿਸ਼ਤੇਦਾਰਾਂ ਦਾ ਮੋਹ ਹੈ ਦੋਸਤਾਂ ਮਿੱਤਰਾਂ ਦਾ ਮੋਹ ਹੈ ਧਨ ਦਾ ਮੋਹ ਹੈ ਇਸੇ ਤਰ੍ਹਾਂ ਹੀ ਪਿਆਸ ਜਿਹੜੀ ਅੰਦਰ ਤ੍ਰਿਸ਼ਨਾ ਦੀ ਅਗ ਲੱਗੀ ਹੋਈ ਹੈ ਆ ਵੀ ਚਾਹੀਦਾ ਹੈ ਆ ਵੀ ਚਾਹੀਦਾ ਹੈ ਆ ਵੀ ਚਾਹੀਦਾ ਹੈ ਇਹ ਇਹ ਦੋਨੋਂ ਹੀ ਗੱਲਾਂ ਜਿਹੜੀਆਂ ਹਨ ਇਨਸਾਨ ਰੱਬ ਵਾਲੇ ਪਾਸੇ ਇਹਨਾਂ ਨੇ ਸਵਾਇਆ ਹੋਇਆ ਹੈ ਪਰ ਰੱਬ ਵਾਲੇ ਪਾਸੇ ਇਹ ਧਿਆਨ ਜਾਣ ਹੀ ਨਹੀਂ ਦਿੰਦੀਆਂ ਸੋ ਜਿੱਥੇ ਸੰਗਤ 'ਚ ਵੀ ਕਦੇ ਭੁੱਲ ਭੁਲੇਖੇ ਆ ਗਏ ਤਾਂ ਸੰਗਤ ਵਿੱਚ ਆ ਕੇ ਚਿੱਤ ਨਹੀਂ ਜੁੜੇਗਾ ਉੱਥੇ ਵੀ ਆ ਕੇ ਮਨ ਜਿਹੜਾ ਵਿਗਾੜੀਆਂ ਹੀ ਮਾਰਦਾ ਫਿਰੇਗਾ ਸੋ ਇਹ ਸੌਣ ਦੀ ਨਿਸ਼ਾਨੀ ਇਹ ਹੈ ਕਿ ਧਿਆਨ ਦੂਸਰੇ ਪਾਸੇ ਰਹਿੰਦਾ ਹੈ ਗੁਰੂ ਭਾਵੇਂ ਸਾਹਮਣੇ ਹੈ ਗੁਰੂ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਮਨ ਕਿਤੇ ਹੋਰ ਕਿਸੇ ਪਾਸੇ ਤੁਰੇ ਇਹ ਸਤਿਆਂ ਦੀ ਨਿਸ਼ਾਨੀ ਹੈ ਜਾਗੇਗਾ ਕਿਵੇਂ ਜੇ ਸਤਸੰਗ ਦੇ ਵਿੱਚ ਆਪਣੇ ਆਪ ਨੂੰ ਹਾਜ਼ਰ ਕਰੇਗਾ ਮਨ ਕਰਕੇ ਹਾਜ਼ਰ ਹੋਵੇਗਾ ਕਲਾ ਸਰੀਰ ਹੀ ਹਾਜ਼ਰ ਨਹੀਂ ਚਾਹੀਦਾ ਮਨ ਵੀ ਹਾਜ਼ਰ ਚਾਹੀਦਾ ਹੈ ਸਤਗੁਰ ਸੇਵਨ ਜਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ ਉਹ ਜਾਗਦੇ ਹਨ ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਨ ਸੇਵਨ ਦਾ ਮਤਲਬ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਗੁਰੂ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਜਿਹੜਾ ਨਿਤਨੇਮ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਰੋਜ਼ ਜਿਹੜੀਆਂ ਗੱਲਾਂ ਆਪਾਂ ਪੜ੍ਹਨੀਆਂ ਹਨ ਦੋਵੇਂ ਵੇਲੇ ਹੀ ਇਹ ਇਸ ਕਰਕੇ ਹਨ ਨਿਤਨੇਮ ਦਾ ਮਤਲਬ ਹੈ ਕਿ ਇਹ ਸਭ ਕਾ ਆਪਾਂ ਰੋਜ਼ ਯਾਦ ਰੱਖਣਾ ਹੈ ਕਿਤੇ ਭੁੱਲ ਨਾ ਜਾਵੇ ਜਿਹੜੀਆਂ ਗੱਲਾਂ ਜਪਜੀ ਸਾਹਿਬ ਸਾਨੂੰ ਦੱਸੀਆਂ ਹੋਈਆਂ ਹਨ ਉਹਨਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਸ਼ੁਰੂਆਤ ਕਿਤੋਂ ਹੈ ਹੁਕਮ ਤੋਂ ਹੈ ਰੱਬ ਦੇ ਹੁਕਮ ਵਿੱਚ ਆਈਏ ਹੁਕਮ ਵਿੱਚ ਰਹਿਣਾ ਸਿੱਖੀਏ ਆਪ ਫਿਰ ਮਹਾਰਾਜ ਕਹਿੰਦੇ ਕਿ ਹੁਕਮ ਵਿੱਚ ਆਵੇਂਗਾ ਤਾਂ ਜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੇਗਾ ਅੰਮ੍ਰਿਤ ਰੱਖ ਕੇ ਪਰਮੇਸ਼ਰ ਦਾ ਜਸ ਕਰੇਗਾ ਉਸ ਦਾ ਨਾਮ ਜਪੇਗਾ ਤਾਂ ਤੈਨ ਹੁਕਮ ਦੀ ਸੋਝ ਆਉਣੀ ਹੈ ਨਹੀਂ ਤਾਂ ਨਹੀਂ ਉਸ ਦੇ ਹੁਕਮ ਨੂੰ ਸਮਝ ਸਕਦਾ ਫਿਰ ਇਸੇ ਹੀ ਤਰ੍ਹਾਂ ਮਾਰੇ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰਿਆ ਕਰ ਕਰੀ ਜਾਵੇਗਾ ਕਰੀ ਜਾਵੇਗਾ ਤੇਰਾ ਹਿਰਦਾ ਨਿਰਮਲ ਹੋਵੇਗਾ ਜਿਵੇਂ ਜਿਵੇਂ ਹਿਰਦਾ ਨਿਰਮਲ ਹੋਵੇਗਾ ਇਹਦੇ ਵਿੱਚ ਗੁਰੂ ਨਾਮ ਨੂੰ ਟਿਕਾ ਦੇਗਾ ਸੋ ਗੁਰੂ ਦੇ ਬਚਨਾਂ ਨੂੰ ਮੰਨਣ ਵਾਲੇ ਜਿਹੜੇ ਉਜਾਗਦੇ ਹਨ ਉਹਨਾਂ ਨੂੰ ਗੁਰੂ ਜਗਾ ਦਿੰਦਾ ਹਰ ਵੇਲੇ ਸੱਚੇ ਦਰਿੰਦੇ ਹਨ ਮਤਲਬ ਉਹਨਾਂ ਦੇ ਰਸਤੇ ਸੰਸਾਰ ਕੋਈ ਰੁਕਾਵਟ ਨਹੀਂ ਪਾ ਸਕਦਾ ਦਾਸ ਨੇ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਜਿਹੜੇ ਗੁਰੂ ਦੀ ਆਗਿਆ ਨੂੰ ਸੱਤ-ਸੱਤ ਕਰਕੇ ਮੰਨਦੇ ਹਨ ਉਹਨਾਂ ਨੂੰ ਸਵੇਰੇ ਉੱਠਣਾ ਕੋਈ ਔਖਾ ਨਹੀਂ ਹੈ ਉਹ ਸੋਤੇ ਸਿੱਧ ਜਿਵੇਂ ਬਾਕੀ ਸਾਰੇ ਵਿਵਹਾਰ ਕਰਦੇ ਹਨ ਇਸੇ ਤਰ੍ਹਾਂ ਹੀ ਉਹ ਅਮਰ ਸਵੇ ਉਸੇ ਤਰ੍ਹਾਂ ਹੀ ਸੋਤੇ ਸਿੱਧ ਆਪਣੇ ਆਪ ਹੀ ਉੱਠ ਕੇ ਤਿਆਰ-ਬਰ ਤਿਆਰ ਹੋ ਜਾਂਦੇ ਹਨ ਔਰ ਗੁਰੂ ਦੇ ਧਿਆਨ ਚ ਜੁੜ ਜਾਂਦੇ ਹਨ ਨਾਮ ਬਾਣੀ ਦੇ ਰਹੀ ਸੋ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਵੱਲ ਧਿਆਨ ਦਿੱਤਾ ਹੀ ਨਹੀਂ ਉਹ ਫਿਰ ਆਲਸ ਉਹਨਾਂ ਨੂੰ ਪੈਂਦਾ ਹੈ ਦਲੇਦਰ ਉਹਨਾਂ ਨੂੰ ਪੈਂਦਾ ਹੈ ਇਸੇ ਤਰ੍ਹਾਂ ਹੀ ਗੁਰੂ ਦੇ ਬਚਨਾਂ ਨੂੰ ਉਚਾਰ ਕੇ ਭਾਈ ਗਦਾਸ ਜੀ ਨੇ ਕਿਹਾ ਫਿਰ ਗੁਰੂ ਦੀ ਸੰਗਤ ਚ ਆਉਣਾ ਹੈ ਗੁਰੂ ਦੀ ਸੰਗਤ ਚ ਬੈਠ ਕੇ ਕੋਈ ਕਹਿਣਾ ਹੈ ਕੋਈ ਸੁਣਨਾ ਹੈ ਸੋ ਉਹਨਾਂ ਦੇ ਰਸਤੇ ਜੀ ਕੋਈ ਰੁਕਾਵਟ ਨਹੀਂ ਹੈ ਭਾਵ ਉਹਨਾਂ ਨੂੰ ਜਦੋਂ ਉਹਨਾਂ ਨੇ ਸੰਗਤ ਚ ਆਉਣਾ ਹੈ ਉਹਨਾਂ ਦੇ ਰਸਤੇ ਕੋਈ ਰੁਕਾਵਟ ਨਹੀਂ ਹੈ ਕੋਈ ਤਲਦਰ ਨਹੀਂ ਹੈ ਉਹਨਾਂ ਨੂੰ ਕੋਈ ਹਾਲਸ ਨਹੀਂ ਹੈ ਉਹ ਬਿਨਾਂ ਦੇਰੀ ਦੇ ਗੁਰੂ ਦੀ ਸੰਗਤ ਚ ਪਹੁੰਚ ਜਾਂਦੇ ਹਨ ਸੋ ਇਸੇ ਹੀ ਤਰ੍ਹਾਂ ਸੇਵਾ ਕਰਨ ਦੀ ਭਾਵਨਾ ਜਿਹੜੀ ਹੈ ਜਿਹੜੇ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਹਨ ਕਮਾਉਂਦੇ ਹਨ ਉਹਨਾਂ ਅੰਦਰ ਸੇਵਾ ਦੀ ਭਾਵਨਾ ਹੈ ਕੋਈ ਕੀ ਕਹਿੰਦਾ ਹੈ ਇਹ ਨਹੀਂ ਦੇਖਦੇ ਉਹਨਾਂ ਦਾ ਕੰਮ ਕੀ ਹੈ ਗੁਰੂ ਦੇ ਬਚਨਾਂ ਨੂੰ ਕਮਾ ਕੇ ਸਤਿਗੁਰੂ ਕੀ ਸੇਵਾ ਸਭਲ ਹੈ ਜੀ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਨ ਸੇਵਾ 'ਚ ਲੱਗੇ ਰਹਿੰਦੇ ਆ ਕੋਈ ਜੋ ਮਰਜੀ ਕਹੀ ਜਾਵੇ ਉਹਨਾਂ ਨੇ ਆਪਣੀ ਲਿਵ ਲਾ ਕੇ ਸੇਵਾ ਦੇ ਚ ਲੱਗੇ ਰਹਿਣਾ ਹੈ ਇਸ ਤਰ੍ਹਾਂ ਇਹ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਗੁਣਤਾਸ ਗੁਣਾ ਦਾ ਖਜ਼ਾਨਾ ਨਾਮ ਹੈ ਸੋ ਜਿਹੜੇ ਜਿਨ੍ਹਾਂ ਨੂੰ ਗੁਰੂ ਨੇ ਇਸ ਪਾਸੇ ਲਾ ਲਿਆ ਜਿਨ੍ਹਾਂ ਨੂੰ ਸਮਝ ਆ ਗਈ ਕਿ ਸਭ ਤੋਂ ਵੱਡੀ ਗੱਲ ਕੀ ਹੈ ਕੇਵਲ ਬਾਣੀ ਪੜਨੀ ਹੀ ਨਹੀਂ ਹੈ ਬਾਣੀ ਪੜਨੀ ਬਹੁਤ ਚੰਗੀ ਗੱਲ ਹੈ ਪਰ ਸਭ ਤੋਂ ਜ਼ਰੂਰੀ ਗੱਲ ਕੀ ਹੈ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰ ਜਿਹੜੀ ਗੱਲ ਪੜ੍ਹੀ ਹੈ ਜਿਹੜੀ ਗੱਲ ਸੁਣੀ ਹੈ ਉਸ ਨੂੰ ਮੰਨਣਾ ਹੈ ਜੇ ਮੰਨ ਲਿਆ ਜਿੰਨੇ ਮੰਨ ਲਿਆ ਸੱਚ ਨਾਮ ਗੁਣਤਾਸ ਉਹ ਉਹ ਅਜੇ ਇਹ ਰੱਬ ਦੇ ਪਿਆਰੇ ਗੁਣਾ ਦੇ ਖਜ਼ਾਨੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਭਾਵ ਉਹਨਾਂ ਨੂੰ ਸਿਮਰਨ ਬਹੁਤ ਚੰਗਾ ਲੱਗਦਾ ਹੈ ਸਿਮਰਨ ਦੇ ਵਿੱਚ ਹਰ ਕੋਈ ਨਹੀਂ ਜੁੜ ਸਕਦਾ ਸੋ ਸਿਮਰ ਸਿਮਰੇ ਜਿਸ ਆਪ ਸਿਮਰਾਇ ਨਾਨਕ ਤਾਂ ਕਹਿ ਲਾਗੋਂ ਪਾਇ ਜਿਸ ਤੇ ਤਰਠਦਾ ਹੈ ਨਾ ਜਿਹੜਾ ਗੁਰੂ ਨੂੰ ਆਪਣਾ ਆਪ ਸਮਰਪਣ ਕਰ ਦਿੰਦਾ ਹੈ ਗੁਰੂ ਤਰਠਦਾ ਹੈ ਉਹਨੂੰ ਫਿਰ ਪ੍ਰੇਰਣਾ ਕਰਕੇ ਸਿਮਰਨ ਦੇ ਵਿੱਚ ਜੋੜਦਾ ਹੈ ਉਹ ਸਦਾ ਯਾਗਦੇ ਰਹਿੰਦੇ ਹਨ ਮਨਮੁਖੰਦ ਨ ਚਿਤਨੀ ਜਨਮ ਮਰ ਹੁਹੇ ਬਿਨਾਸ਼ ਪਰ ਮਨਮੁਖ ਨਹੀਂ ਇਸ ਗੱਲ ਨੂੰ ਸਮਝਦੇ ਜਿਨ੍ਹਾਂ ਦਾ ਮੁਖ ਜਿਨ੍ਹਾਂ ਦਾ ਧਿਆਨ ਹਰ ਵੇਲੇ ਮੰਨ ਵਾਲੀ ਹੈ ਭਾਵ ਜਿਹੜੇ ਹਰ ਵੇਲੇ ਮਨ ਦੀ ਹੀ ਕਰਦੇ ਹਨ ਜੋ ਮਨ ਵਿੱਚ ਆਈ ਉਹ ਹੀ ਕਰਨੀ ਹੈ ਗੁਰੂ ਕੀ ਕਹਿ ਰਿਹਾ ਹੈ ਕੋਈ ਗੱਲ ਦੀ ਪ੍ਰਵਾਹ ਨਹੀਂ ਹੈ ਅੰਧੇ ਅੰਧੇ ਕਹਤਾ ਉਹਨਾਂ ਨੂੰ ਅੰਨੇ ਭਾਵ ਉਹਨਾਂ ਦੇ ਕੋਲ ਅੱਖਾਂ ਹੀ ਨਹੀਂ ਹਨ ਗੁਰੂ ਦੇ ਬਚਨਾਂ ਨੂੰ ਧਿਆਨ ਦੇਣਾਂ ਦਾ ਉਹਨਾਂ ਕੋਲ ਕੰਨ ਹਨ ਨਾ ਹੀ ਉਹਨਾਂ ਦੇ ਕੋਲ ਗੁਰੂ ਦੇ ਬਚਨਾਂ ਵੱਲ ਧਿਆਨ ਦੇਣ ਵਾਸਤੇ ਅੱਖਾਂ ਹੀ ਹਨ ਜਨਮਰ ਹੋਏ ਵਿਨਾਸ਼ ਜੰਮਦੇ ਮਰਦੇ ਰਹਿੰਦੇ ਹਨ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਮੁੜ ਮੁੜ ਜੰਮਣਾ ਮਰਨਾ ਜੰਮਣਾ ਮਰਨਾ ਇਸੇ ਗੱਲ 'ਚ ਹੀ ਮਲ ਚੱਕਰ 'ਚ ਉਹਨਾਂ ਨੂੰ ਪੈ ਰਹੇ ਹਾਂ ਨਾਨਕ ਗੁਰਮੁਖ ਤੇ ਨਹੀਂ ਨਾਮ ਤੇ ਆਇਆ ਜਿਨ ਕੋ ਤੁਰ ਪੂਰਬ ਲਿਖਿਆਸ ਜਿਹੜੇ ਗੁਰਮੁਖ ਗੁਰੂ ਦੀ ਛਣ ਵਿੱਚ ਆ ਕੇ ਗੁਰੂ ਦੇ ਸਾਹਮਣੇ ਹੋ ਗਏ ਉਹ ਨਾਮ ਤੇ ਆਉਣ ਲੱਗ ਪੈਂਦੇ ਹਨ ਪਰ ਹਰ ਇੱਕ ਨਹੀਂ ਇਹ ਨਹੀਂ ਕਿ ਜਿੰਨੇ ਗੁਰੂ ਕੋ ਆਗੇ ਸਾਰੇ ਨਾਮ ਤੇ ਆਉਂਦੇ ਹਨ ਇਹ ਨਾਮ ਵੀ ਮਾਰੇ ਕਹਿੰਦੇ ਤੁਰ ਤੋਂ ਪੂਰਬਲਾ ਕਰਮ ਅਜਿਹਾ ਹੁੰਦਾ ਹੈ ਜਿਹੜਾ ਲਿਖਿਆ ਹੁੰਦਾ ਹੈ ਸਕੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਤੁਰ ਕਰਮ ਜਿੰਨਾ ਕੋਤੋਂ ਤਪਾਇਆ ਤਾਂ ਤੇਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਰ ਵੇਖੀ ਜਲ ਤਪਾਇਆ ਇਕਲਾਨੋਂ ਤੋਂ ਮਿਲ ਹੈ ਕਾਪੋ ਤੋ ਦਿਖਾਇਆ ਦੇਖ ਲੋ ਇਨਸਾਨ ਤਾਂ ਸਾਰੇ ਹਨ ਇਕਨਾਂ ਨੂੰ ਜੋੜ ਲੈਂਦਾ ਹੈ ਇਕਨਾਂ ਨੂੰ ਪਰਾਂ ਨੂੰ ਮੂੰਹ ਕਰ ਦਿੰਦਾ ਹੈ ਖਵਾਰ ਹੁੰਦੇ ਹਨ ਉਹ ਜਿਹਦਾ ਮੂੰਹ ਗੁਰੂ ਵਾਲੋਂ ਦੂਜੇ ਪਾਸੇ ਹੋ ਜਾਂਦਾ ਉਹ ਖਵਾਰੀ ਹੈ ਉਹਦੇ ਵਾਸਤੇ ਸੋ ਜਿੰਨਾਂ ਦੇ ਕੋਈ ਪੁਰਬਲਾ ਕਰਮ ਚੰਗਾ ਹੈ ਕਈ ਵਾਰੀ ਦੇਖੋ ਬੱਚਾ ਹੈ ਬੜੀ ਛੋਕੀ ਉਮਰ ਦੇ ਵਿੱਚ ਹੀ ਲੱਗ ਜਾਂਦਾ ਹੈ ਤਰ੍ਹਾਂ ਵਾਲੇ ਪਾਸੇ ਬੜਾ ਰੇਤਵਜੀ ਵੀ ਜੀ ਬੜਾ ਪ੍ਰਭਾਵ ਕਰਿੰਦਾ ਹੈ ਫਿਰ ਸਾਰਾ ਕੁਝ ਹੀ ਉਹ ਨਿਤਨੇਮ ਵਿੱਚ ਹੀ ਪ੍ਰਭਾਵ ਕਰਿੰਦਾ ਹੈ ਉਸ ਦੀ ਬੋਲ ਚਾਲ ਵੀ ਸਾਰੀ ਬਹੁਤ ਪਿਆਰੀ ਹੁੰਦੀ ਹੈ ਕਾਰਨ ਕੀ ਹੈ ਉਹ ਉਹਦਾ ਕਾਰਨ ਇਹ ਹੈ ਕਿ ਉਸ ਦੀ ਪੁਰਬਲੀ ਕਮਾਈ ਚੰਗੀ ਹੈ ਜਿਹੜੀ ਕਮਾਈ ਆਪ ਹੁਣ ਕਰ ਰਹੇ ਹਾਂ ਜੇ ਦੁਬਾਰਾ ਜਨਮ ਮਿਲਿਆ ਤਾਂ ਫਿਰ ਇਹ ਸਾਡੇ ਕੰਮ ਆਵੇਗੀ ਇਹ ਐਵੇਂ ਨਹੀਂ ਜਾਵੇਗੀ ਹੁਣ ਦੀ ਕੀਤੀ ਹੋਈ ਕਮਾਈ ਇਹ ਅਗਾਜ਼ ਜਰੂਰ ਕੰਮ ਆਵੇਗੀ ਉਹਨੇ ਅਸੀਂ ਸੌਖੇ ਹੋ ਜਾਾਂਗੇ ਸੋ ਇਸ ਕਰਕੇ ਇਹ ਪੁਰਬਲੇ ਲਿਖੇ ਦੇ ਅਨੁਸਾਰ ਹੀ ਨਾਮ ਦਿਵਾਲੇ ਪਾਸੇ ਇਨਸਾਨ ਲੱਗਦਾ ਹੈ ਮੁੱਖ ਗੱਲ ਨਾਮ ਦੀ ਹੈ ਦੇਖੋ ਕਿੰਨੇ ਲੋਕ ਧਰਮ ਸਥਾਨਾਂ ਦੇ ਉੱਤੇ ਜਾਂਦੇ ਹਨ ਮੱਥਾ ਟੇਕਦੇ ਹਨ ਯਾਤਰਾ ਕਰਦੇ ਹਨ ਉੱਥੇ ਜਾ ਕੇ ਇਸ਼ਨਾਨ ਕਰਦੇ ਹਨ ਬਹੁਤ ਕੁਝ ਕਰਦੇ ਹਨ ਇਸੇ ਤਰ੍ਹਾਂ ਹੀ ਕਿੰਨੇ ਲੋਕ ਜਿਹੜੇ ਹਨ ਉਹ ਲੰਗਰ ਲਾਉਂਦੇ ਹਨ ਬਤਰਾ ਨਹੀਂ ਕਿੰਨੇ ਹੋਣਗੇ ਦੁਨੀਆ ਤੇ ਕਿੰਨੇ ਕ ਲੰਗਰ ਚੱਲ ਰਹੇ ਹਨ ਕਿੰਨੇ ਲੋਕ ਹਨ ਜਿਹੜੇ ਇਸੇ ਹੀ ਤਰ੍ਹਾਂ ਹੋਰ ਧਰਮ ਦੇ ਕੰਮ ਕਰ ਰਹੇ ਹਨ ਇਹ ਸਾਰਾ ਕੁਝ ਹੀ ਚੰਗਾ ਹੈ ਕੁਝ ਵੀ ਇੱਥੇ ਮਾੜਾ ਨਹੀਂ ਹੈ ਲੇਕਿਨ ਮੁੱਖ ਗੱਲ ਕੀ ਹੈ ਉਹ ਨਾਮ ਹੈ ਨਾਮ ਦੇ ਨਾਲ ਨਹੀਂ ਜੁੜੇ ਤਾਂ ਫਿਰ ਇਹ ਨਾਮ ਤੋਂ ਬਿਨਾਂ ਜਿਹੜੇ ਬਾਕੀ ਦੀਆਂ ਗੱਲਾਂ ਜਿਹੜੀਆਂ ਹਨ ਉਹ ਇੰਨਕਤ ਹੈ ਕਿ ਪਾਈਏ ਬੜਾ ਗੁਰੂ ਘਰ ਦਾ ਪਿਆਰਾ ਹੈ ਲੋਕੀ ਚਾਰ ਦਿਨ ਉਹਦੀ ਸ਼ੋਭਾ ਕਰਨਗੇ ਉਹਦੇ ਬਾਹਰ ਵੇਖ ਕੇ ਉਹਦਾ ਦੇਖ ਵੇਖ ਕੇ ਵੀ ਇਹ ਬੜਾ ਪਿਆਰਾ ਹੈ ਗੁਰੂ ਦਾ ਲੇਕਿਨ ਜਦੋਂ ਅੰਦਰੋਂ ਜਿਵੇਂ ਨੋਟ ਭਲੇਖੇ ਨਾਲ ਅਸੀਂ ਕਹਿੰਦੇ ਜੀਬ ਵਿੱਚ ਪਾ ਲੈਨੇ ਹਾਂ ਜੇ ਕਿਸੇ ਨੇ ਜਾਲੀ ਦਿੱਤਾ ਹੋਵੇ ਪਰ ਜਦੋਂ ਜੇ ਪਤਾ ਲੱਗ ਜਾਵੇ ਤਾਂ ਉਸੇ ਨੂੰ ਵਾਪਸ ਕਰ ਦੇਈਦਾ ਹੈ ਇਸੇ ਤਰ੍ਹਾਂ ਹੀ ਅਜਿਹੇ ਇਨਸਾਨਾਂ ਦੀ ਹਾਲਤ ਹੁੰਦੀ ਹੈ ਉਗੜ ਗਿਆ ਜੈਸੇ ਖੋਟਾ ਕਬੂਆ ਨਦਰ ਸਰਾਫੀ ਆਇਆ ਕਿਸੇ ਸਰਾਫ ਦੀ ਨજર ਆ ਗਿਆ ਉਹਨੇ ਉਸੇੜੇ ਕੱਢ ਕੇ ਬਾਹਰ ਰੱਖ ਦੇਣਾ ਹੈ ਫਿਰ ਉਹਨਾਂ ਨੂੰ ਸ਼ਰਮਿੰਦਿਆ ਹੋਣਾ ਪੈਂਦਾ ਹੈ ਅਜਿਹੇ ਲੋਕਾਂ ਨੂੰ ਜਿਹੜੇ ਹਨ ਬਾਹਰੀ ਤੌਰ ਦੇ ਤੇ ਜੇ ਧਰਮੀ ਬਣੇ ਹੁੰਦੇ ਹਨ ਉਹਨਾਂ ਨੂੰ ਫਿਰ ਸ਼ਰਮਸਾਰ ਹੋਣਾ ਪੈਂਦਾ ਹੈ ਅਜਿਹੀ ਥਾਂ ਤੇ ਪੌੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤਰੇਵ ਤਪਈ ਇਸ ਵਾਰ ਦੇ ਵਿੱਚ ਆਪ ਪਿੱਛੇ ਜਿੰਨੀਆਂ ਪੌੜੀਆਂ ਪੜ ਰਹੇ ਹਾਂ ਦੇਖੋ ਉਹਨਾਂ ਸਾਰੀਆਂ ਵਿੱਚ ਨਾਮ ਦੀ ਮਹਿਮਾ ਸਤਿਗੁਰੂ ਜੀ ਨੇ ੜ ਕਰਾਈ ਹੈ ਸੋ ਇੱਥੇ ਅੱਜ ਫਿਰ ਨਾਮ ਦੀ ਹੀ ਮਹਿਮਾ ੜ ਕਰਾ ਰਹੇ ਹਨ ਕਿ ਰੱਬ ਦੇ ਪਿਆਰ ਵਾਲੇ ਕੀ ਕਹਿੰਦੇ ਹਨ ਕਿ ਸਾਡਾ ਭੋਜਨ ਤਾਂ ਨਾਮ ਹੀ ਹੈ ਇਹ 36 ਪ੍ਰਕਾਰ ਦਾ ਭੋਜਨ ਹੈ ਸੁਖਮਣੀ ਸਾਹਿਬ ਦੀ ਜੋ ਵੀ ਮੈਂ ਅਸ਼ਟ ਪਦੀ ਹੈ ਉਹ ਅਖੇਰਲਾ ਪਦਾ ਤੁਸੀਂ ਪੜਦੇ ਹੋ ਧਿਆਨ ਨਾਲ ਪੜਿਆ ਕਰੋ ਸਰਬਾਇਕ ਨੂੰ ਕਿ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਇਹ ਸਾਰਾ ਪਦਾ ਪੜ ਕੇ ਦੇਖੋ ਧਿਆਨ ਨਾਲ ਕਿੰਨਾ ਕੁਝ ਮਿਲਦਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲੇ ਦਾ ਬੋਹ ਭੋਜਨ ਕਾ ਪ੍ਰਸੰਗਿਤ ਰਸਨਾ ਜਪਤੀ ਹਰ ਆਨੀਦ ਭਲੀ ਸ਼ਕਰਨੀ ਸ਼ੋਭਾ ਤਨ ਹਿਰਦੇ ਵਸੇ ਪੂਰਨ ਗੁਰਮਤ ਜਾਜਾਕਾਰ ਜਗਤ ਵਿੱਚ ਹੋ ਜਾਂਦੀ ਹੈ ਜੇ ਕਿਤੇ ਗੁਰੂ ਦਾ ਮੰਤਰ ਹਿਰਦੇ ਵਿੱਚ ਵਸ ਜਾਏ ਨਾਮ ਹਿਰਦੇ ਵਿੱਚ ਵਸ ਜਾਵੇ ਤਾਂ ਵਾਹਿਗੁਰੂ ਇਹ ਭੋਜਨ ਬਣ ਜਾਂਦਾ ਹੈ ਉਹਦਾ ਪਾਵੇ ਖਰਾਕ ਬਣ ਜਾਂਦੀ ਹੈ ਜਿਤ ਖਾਏ ਹਮਕੋ ਤ੍ਰਿਪਤ ਭਾਈ ਜਿਸ ਦੇ ਖਾਣ ਦੇ ਨਾਲ ਸੰਤੁਸ਼ਟੀ ਹੁੰਦੀ ਹੈ ਜਿਵੇਂ ਜਿਵੇਂ ਨਾਮ ਦਾ ਭੋਜਨ ਪੁੰਚਦੇ ਹਨ ਖਾਂਦੇ ਹਨ ਤਵੇਂ ਤਵੇਂ ਮਨ ਸੰਤੁਸ਼ਟ ਹੋ ਜਾਂਦਾ ਹੈ ਨਾਮ ਜਪਣ ਵਾਲਿਆਂ ਦੀ ਭੁੱਖ ਵੀ ਘਟ ਜਾਂਦੀ ਹੈ ਨੀਂਦ ਵੀ ਘਟ ਜਾਂਦੀ ਹੈ ਇਕ ਕੁਦਰਤੀ ਤੌਰ ਤੇ ਆਪਣੇ ਆਪ ਹੀ ਹੋ ਜਾਂਦਾ ਹੈ ਜਿਹੜੇ ਨਹੀਂ 잡ਦੇ ਉਹਨਾਂ ਤੇ ਹਾਲਸ ਹੈ ਜਿਆਦਾ ਖਾਈ ਜਾਣਗੇ ਫਿਰ ਦਿਲਦਰ ਪਿਆ ਰਹੇਗਾ ਸੋ ਜਿਨੇ ਨਾਮ ਦਾ ਭੋਜਨ ਛਕਿਆ ਮਨੋ ਉਸਨੇ 36 ਪ੍ਰਕਾਰ ਦੇ ਭੋਜਨ ਛਕ ਲਏ ਸਾਰੇ ਭੋਜਨਾਂ ਦਾ ਸਵਾਦ ਨਾਮ ਦੇ ਵਿੱਚ ਹੀ ਆ ਜਾਏਗਾ ਗੁਰੂ ਅਮਰਦਾਸ ਜੀ ਦੀ ਜੀਵਨ ਦੀ ਇੱਕ ਕਥਾ ਹੈ ਜਦੋਂ ਅਕਬਰ ਆਇਆ ਹੈ ਨਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਕੋਈ ਦਵਾਰ ਸਾਹਿਬ ਦੇ ਵਿੱਚ ਮਹਾਰਾਜ ਇਤਿਹਾਸ ਹੈ ਕਿ ਉਹਗਰਾ ਦੜਗਿਆ ਖਾਂਦੇ ਸਨ ਅਲੂਣਾ ਦਰਿਆ ਅਲੂਣਾ ਵਿੱਚ ਆਇਆ ਹੈ ਉਹਗਰਾ ਖਾਂਦੇ ਸਨ ਉਹਗਰਾ ਕੀ ਹੁੰਦਾ ਹੈ ਇਹ ਮਤਲਬ ਜਿਹੜੇ ਖਿਚੜੀ ਜਿੱਦਾਂ ਆਪਾਂ ਕਹਿੰਦੇ ਹਾਂ ਉਹ ਚ ਲੋੜ ਵਿੱਚ ਨਹੀਂ ਪਾਉਣਾ ਕਿਉਂਕਿ ਬਿਰਤਵਸਤਾ ਹੋ ਗਈ ਸੀ 90 ਸਾਲ ਦੇ ਕਰੀਬ ਉਮਰ ਜਦੋਂ ਹੋ ਗਈ ਤਾਂ ਉਸ ਵੇਲੇ ਉਹਨਾਂ ਨੇ ਖਰਾਕ ਵੀ ਜਿਹੜੀ ਸੀ ਬਦਲ ਨਹੀਂ ਸੀ ਰੁਕੀ ਨਹੀਂ ਸੀ ਖਾਂਦੇ ਫਿਰ ਜਦੋਂ ਅਕਬਰ ਨੂੰ ਪਤਾ ਲੱਗਾ ਕਿ ਮਹਾਰਾਜ ਨੂੰ ਮਹਾਰਾਣੀ ਨੇ ਉਸ ਨੂੰ ਕਿਹਾ ਉੱਥੇ ਲੰਗਰ 'ਚ ਛੱਕਿਆ ਛਕਿਆ ਉੱਥੇ ਵੀ ਉਹਨੂੰ ਆਨੰਦ ਬੜਾ ਆਇਆ ਲੰਗਰ ਵਿੱਚ ਛੱਕ ਕੇ ਉਹਦੀਆਂ ਰਾਣੀਆਂ ਨੇ ਸਾਰੇ ਨੇ ਛਕਿਆ ਕਹਿੰਦੇ ਇਹੋ ਜਹਾ ਤੱਕ ਮੈਂ ਕਦੀ ਘਰ ਭੋਜਨ ਛੱਕਿਆ ਹੀ ਨਹੀਂ ਮਹਿਲਾਂ ਵਿੱਚ ਫਿਰ ਜਦੋਂ ਮਹਾਰਾਜ ਦੇ ਵਾਸਤੇ ਲੈ ਕੇ ਆਏ ਨਾ ਉਹ ਅਲੂਣਾ ਓਗਰਾ ਜਿਹਨੂੰ ਕਹਿੰਦੇ ਸਨ ਅਕਬਰ ਦੇ ਮਨ ਵਿੱਚ ਆਈ ਕਿ ਇਹ ਸਪੈਸ਼ਲ ਚੀਜ਼ ਮਹਾਰਾਜ ਖਾ ਰਹੇ ਹਨ ਇਹ ਕੀ ਚੀਜ਼ ਹੈ ਕਿਤੇ ਮੈਨੂੰ ਵੀ ਮਹਾਰਾਜ ਕਿਰਪਾ ਕਰਦੇ ਮੈਨੂੰ ਵੀ ਇਹਦਾ ਸਵਾਦ ਦਿਖਾ ਦੇਣ ਮਹਾਰਾਜ ਅੰਤਰਜਾਮੀ ਸਨ ਮਹਾਰਾਜ ਨੇ ਛਕਿਆ ਤੇ ਕੁਝ ਵਿੱਚੋਂ ਛੱਡ ਦਿੱਤਾ ਅਕਬਰ ਨੂੰ ਕਹਿਣ ਲੱਗੇ ਰਾਜਨ ਆਹ ਲੋਤ ਤੂ ਸ਼ੀਸ਼ਾ ਖਲੋ ਹਣ ਇਤਿਹਾਸ ਸੂਰਜ ਪ੍ਰਕਾਸ਼ ਕਥਾ ਆਈ ਹੈ ਕਿ ਜਿਸ ਵੇਲੇ ਅਕਬਰ ਨੇ ਛਕਿਆ ਤਾਂ ਉਹਦੇ ਅੰਦਰ ਐਸਾ ਪ੍ਰਭਾਵ ਪਿਆ ਕਿ ਜਿਵੇਂ ਉਹ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਇਹ ਕਮਾਲ ਹੈ ਕਿ ਚੀਜ਼ ਹੈ ਹਰ ਤਰ੍ਹਾਂ ਦਾ ਹੀ ਰਸ ਇਹਦੇ ਚੋਂ ਆ ਰਿਹਾ ਹਰ ਤਰ੍ਹਾਂ ਦਾ ਰਸ ਔਰ ਕਦੀ ਮੈਂ ਜ਼ਿੰਦਗੀ ਦੇ ਵਿੱਚ ਅਜਿਹਾ ਚੀਜ਼ ਖਾ ਕੇ ਨਹੀਂ ਵੇਖੀ ਹੈ ਦੇਖੋ ਇਹ ਇਹ ਹੈ ਰੱਬ ਦੇ ਪਿਆਰਿਆਂ ਵਾਸਤੇ ਰੁੱਖੀ ਰੋਕੀ ਵੀ ਜਿਹੜੀ ਹੈ ਨਾ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ ਤੇ ਜਿਹੜੇ ਦੂਜੇ ਲੋਕ ਹਨ ਜਿਹੜੇ ਇਸ ਪਾਸੇ ਲੱਗੇ ਨਹੀਂ ਹਨ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਕੇ ਵੀ ਕਹਿੰਦੇ ਸਵਾਦ ਨਹੀਂ ਆਇਆ ਅੱਜ ਉਹ ਫਿਰ ਵੀ ਅਕਿਰਤਗਣਾ ਵਾਲੀ ਗੱਲ ਕਰਨਗੇ ਹਰ ਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਵੈ ਹੋਰ ਪਹਿਨਣ ਕੀ ਹਮਾਰੀ ਸ਼ਰਤ ਗਈ ਕਹਿੰਦੇ ਰੱਬ ਦੇ ਪਿਆਰਿਆਂ ਦਾ ਜਿਵੇਂ ਭੋਜਨ ਦਾ ਨਾਮ ਹੈ ਨਾ ਇਸੇ ਤਰ੍ਹਾਂ ਉਹਨਾਂ ਦਾ ਪਹਿਨਣਾ ਜਿਹੜਾ ਕੱਪੜੇ ਪਹਿਨਦੇ ਤਰ੍ਹਾਂ ਤਰ੍ਹਾਂ ਦੇ ਇਹ ਨਾਮ ਹੀ ਉਹਨਾਂ ਦਾ ਪਹਿਨਣ ਹੈ ਭਾਵ ਨਾਮ ਹੀ ਭਾਵੇਂ ਮਾੜੇ ਕੱਪੜੇ ਪੈਨੇ ਹੁਣ ਲੋਕੀ ਕੀਮਤੀ ਤੋਂ ਕੀਮਤੀ ਪੱਕੇ ਕੱਪੜੇ ਪਹਿਨਦੇ ਹਨ ਵਧੀਆ ਤੋਂ ਵਧੀਆ ਪੈਨ ਕਾਦੇ ਵਾਸਤੇ ਲੋਕਾਂ ਨੂੰ ਚੰਗੇ ਲੱਗਣ ਨਾਮ ਜਪਣ ਵਾਲੇ ਨੇ ਭਾਵੇਂ ਖੱਦਰ ਦੀ ਕੁੜਤੀ ਪਾਈ ਹੋਵੇ ਆ ਦੇਖ ਲਓ ਮਹਾਪੁਰਸ਼ ਜਿਹੜੇ ਕਾਰ ਸੇਵਾ ਵਾਲੇ ਹਨ ਖੱਦਰ ਦੀ ਕੁੜਤੀ ਜੀ ਪਾਈ ਹੁੰਦੀ ਐ ਸਿਰ ਤੇ ਪਰਨਾ ਵੀ ਖੱਦਰ ਦਾ ਬੰਨਿਆ ਹੁੰਦਾ ਹੈ ਤੇ ਦੇਖ ਲਓ ਲੋਕੀ ਜਾ ਕੇ ਨਮਸਕਾਰਾਂ ਕਰਦੇ ਹਨ ਕਿਉਂ ਕਿਉਂਕਿ ਉਹਨਾਂ ਕੋ ਨਾਮ ਦਾ ਕੱਪੜਾ ਪਾਇਆ ਹੋਇਆ ਹੈ ਲੋਕੀ ਉਹਨਾਂ ਦੇ ਉਹ ਖੱਦਰ ਦੇ ਕੱਪੜਿਆਂ ਵਾਲ ਨਹੀਂ ਵੇਖਦੇ ਕਿ ਨੇ ਇਹਨੇ ਬਾਬੇ ਨੇ ਖੱਦਰ ਦੇ ਕੱਪੜੇ ਪਾਏ ਉਹ ਜਿਹੜਾ ਨਾਮ ਦੇ ਨਾਲ ਜੁੜਿਆ ਹੈ ਉਹ ਨਾਮ ਉਸ ਦਾ ਜਿਹੜਾ ਵੇਖਦੇ ਹਨ ਉਸ ਨੂੰ ਵੇਖਦੇ ਹਨ ਸੋ ਰੱਬ ਦੇ ਪਿਆਰਿਆਂ ਦਾ ਜਿਹੜਾ ਪਹਿਨਣਾ ਹੈ ਇਹ ਵੀ ਨਾਮ ਹੀ ਹੈ ਭਾਵੇਂ ਸੰਸਾਰੀ ਕੱਪੜੇ ਸ਼੍ਰੀ ਕੱਕਣ ਵਾਸਤੇ ਜਿਹੋ ਜੀ ਮਰਜ਼ੀ ਮਿਲ ਜਾਣ ਉਹਨਾਂ ਨੂੰ ਇਸ ਗੱਲ ਦੇ ਵੱਲ ਨਹੀਂ ਧਿਆਨ ਹੁੰਦਾ ਧਿਆਨ ਕਿੱਧਰ ਹੁੰਦਾ ਹੈ ਨਾਮ ਦੇ ਨਾਲ ਜੁੜੇ ਰਹੇ ਨਾਮ ਹੀ ਉਹਨਾਂ ਦੇ ਪਰਦੇ ਨੂੰ ਟੱਕ ਕੇ ਰੱਖਦਾ ਹੈ ਫਿਰ ਨੰਗੇ ਨਾ ਹੋਵਾਂ ਹੋਰ ਪਹਿਨਣ ਕੀ ہماری ਸ਼ਰਤ ਗਈ ਕਹਿੰਦੇ ਹੋਰ ਇਹ ਤਰ੍ਹਾਂ ਤਰ੍ਹਾਂ ਦੇ ਲੋਕੀ ਕੱਪੜੇ ਜਿਹੜੇ ਪਹਿਨਦੇ ਹਨ ਕਿ ਅੱਜ ਇਹ ਰੰਗ ਦਾ ਪਾ ਲਿਆ ਅੱਜ ਇਹ ਰੰਗ ਦਾ ਪਾ ਲਿਆ ਆ ਕਰ ਲਿਆ ਅੱਜ ਗੱਲ ਜਿਵੇਂ ਅੱਜ ਕੱਲ੍ਹ ਰਿਵਾਜ ਹੋ ਗਿਆ ਹੈ ਇਹ ਇਹ ਉਹਨਾਂ ਦੀ ਕੋਈ ਸ਼ਰਧਾ ਇਸ ਪਾਸੇ ਨਹੀਂ ਰਹਿ ਜਾਂਦੀ ਪਾਵ ਸੁਰਤੀ ਉਹ ਨਦੀ ਇੰਨੀ ਉੱਚੀ ਹੋ ਜਾਂਦੀ ਹੈ ਹਰ ਨਾਮ ਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੇ ਕੀ ਹਮ ਕੋ ਕਾਰਕੁੰਨੀ ਦੀ ਹਰ ਨਾਮੇ ਕੀ ਹਮ ਕੋ ਸਤਗੁਰ ਕਾਰਕੁੰਨੀ ਦੀ ਉਹਨਾਂ ਦਾ ਵਣਜ ਜਿਹੜਾ ਹੈ ਵਪਾਰ ਹੈ ਇਹ ਵੀ ਨਾਮ ਹੀ ਹੈ ਲੋਕੀ ਵਪਾਰ ਕਰਦੇ ਹਨ ਉਹ ਵਪਾਰ ਚੋਂ ਲਾਹਾ ਲੈਂਦੇ ਹਨ ਰੱਬ ਦੇ ਪਿਆਰੇ ਨਾਮ ਦਾ ਵਪਾਰ ਕਰਦੇ ਹਨ ਵਪਾਰ ਕਰਨ ਵਾਸਤੇ ਵਪਾਰੀ ਲੱਭਣਾ ਪੈਂਦਾ ਹੈ। ਦੋ ਚਾਰ ਵਾਰੀ ਹੋਣਗੇ ਤਾਂ ਹੀ ਵਪਾਰ ਹੋਏਗਾ ਨਾ। ਇਸੇ ਤਰ੍ਹਾਂ ਰੱਬ ਦੇ ਪਿਆਰ ਵੇ ਉਹ ਨਾਮ ਦੇ ਵਪਾਰੀਆਂ ਨੂੰ ਲੱਭਦੇ ਹਨ। ਉਹਨਾਂ ਵਣਜਾਰਿਆਂ ਨੂੰ ਲੱਭਦੇ ਹਨ ਜਿਹੜਾ ਵਣਜ ਉਹਨਾਂ ਨੇ ਕਰਨਾ ਹੈ ਨਾਮ ਦਾ ਵਣਜ ਕਰਨਾ ਹੈ ਫਿਰ ਉਹਨਾਂ ਦੇ ਨਾਲ ਨਾਮ ਦੀ ਸਾਂਝ ਪਾਉਂਦੇ ਹਨ। ਨਾਮ ਦੀਆਂ ਗੱਲਾਂ ਕਰਦੇ ਹਨ ਨਾਮ ਦੀਆਂ ਗੱਲਾਂ ਸੁਣਦੇ ਹਨ। ਉਹਨਾਂ ਦੇ ਆਪ ਪਿੱਛੇ ਸੁਣ ਕੇ ਆਏ ਸੀ ਨਾ ਕੇ ਨਾਮ ਦੇ ਨਾਲ ਹੀ ਗੱਲਾਂ ਨਾਮ ਦੇ ਨਾਲ ਹੀ ਨਾਮ ਹੀ ਪਿਤਾ ਨਾਮ ਹੀ ਮਾਤਾ ਨਾਮ ਦੇ ਨਾਲ ਹੀ ਸਲਾ ਨਾਮ ਦੇ ਨਾਲ ਹੀ ਗੱਲਾਂ ਸਾਰਾ ਕੁਝ ਨਾਮ ਹੀ ਉਹਨਾਂ ਦਾ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਨਾਮ ਹੀ ਉਹਨਾਂ ਦਾ ਬਣ ਜਿ ਬਣ ਜਾਂਦਾ ਹੈ ਉਹਨਾਂ ਨੂੰ ਕੋਈ ਹੋਰ ਵਪਾਰ ਨਹੀਂ ਕਰਨਾ ਪੈਂਦਾ ਇਹ ਇਹ ਮਲ ਇਸੇ ਵਪਾਰ ਦਾ ਹੀ ਉਲਾਹਾ ਜੀਵਨ ਚ ਖੱਟ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਦੁਨੀਆ ਮਗਰੋਂ ਯਾਦ ਕਰਦੀ ਰਹਿੰਦੀ ਹੈ ਇਹ ਅਨੇਕਾਰ ਕੁੰਨੀ ਦੀ ਪਾਵੇ ਜ਼ਿੰਮੇਵਾਰੀ ਦੇ ਦਿੱਤੀ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਜਿਹੜੇ ਕਿ ਤੁਸੀਂ ਭਾਈ ਨਾਮ ਦਾ ਵਪਾਰ ਕਰੋ ਆਪ ਜਪੋ ਅਵਰੇ ਨਾਮ ਚ ਪਾਵਾ ਇਹ ਕੰਮ ਕਰੋ ਤੁਸੀਂ ਸਾਜਨ ਸੰਤ ਕਰੋ ਇਹ ਕੰਮ ਆਨ ਤਿਆਗ ਜਪੋ ਹਰਨਾ ਤੋਹਾ ਤੁਹਾਡਾ ਵੀ ਭਲਾ ਹੋਵੇਗਾ ਤੇ ਜਿਹੜੇ ਤੁਹਾ ਕੀ ਸੰਗਤ ਕਰਨਗੇ ਉਹਨਾਂ ਦਾ ਵੀ ਭਲਾ ਹੋ ਜਾਏਗਾ ਇਹ ਕਾਰਕੁੰਨੀ ਪਾਵੇ ਜ਼ਿੰਮੇਵਾਰੀ ਦੇਂਦੇ ਆ ਤਾਂ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹਨ ਰੱਬ ਦੇ ਪਿਆਰੇ ਜਿਹੜੇ ਹਨ ਹਰ ਨਾਮੇ ਕਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਿਸਾਬ ਕਿਤਾਬ ਦੁਨੀਆ ਜਿਹੜੇ ਕਰਮ ਕਰਦੀ ਹੈ ਉਹਨਾਂ ਦਾ ਲੇਖਾ ਚਿਤਰ ਗੋਪਤ ਲਿਖਦੇ ਨੇ ਮਾਰੇ ਨੇ ਬਣ ਜਿ ਲਿਖਿਆ ਹੋਇਆ ਹੈ ਸਾਰਾ ਕੁਝ ਮੰਨੇ ਚਾਹੀ ਕੋ ਨਾ ਮੰਨੇ ਜਿਹੜਾ ਮੰਦੇ ਕੰਮ ਕਰਦੇ ਹਾਂ ਗੋਪਤ ਲਿਖ ਰਿਹਾ ਹੈ ਚਿਤਰ ਜਿਹੜਾ ਹੈ ਉਹ ਚੰਗੇ ਕੰਮ ਲਿਖੀ ਜਾ ਰਿਹਾ ਹੈ ਇਹ ਲਿਖਾ ਹੋਣਾ ਹੈ ਕਪੜ ਰੂ ਸਹਾਵਨਾ ਛੱਡ ਦੁਨੀਆ ਅੰਦਰ ਜਾਉਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨ ਜੋ ਕਰ ਰਹੇ ਹਾਂ ਦਾ ਸਾਖਤਾ ਦੇਣਾ ਪੈਣਾ ਹੈ ਸੋ ਜਮ ਦੀ ਕਾਨ ਕੀ ਹੈ ਜਮ ਦੀ ਮਾਰ ਜਮ ਦੀ ਨਿਗਾਹ ਦੇ ਵਿੱਚ ਆਉਣਾ ਦੇਖੋ ਕੋਈ ਹਰ ਇੱਕ ਇਨਸਾਨ ਜਿਹੜਾ ਹੈ ਉਹ ਆਪਾਂ ਆਮ ਤੌਰ ਸੰਸਾਰ ਮਲਕ ਆਪਣੀ ਸਧਾਰਨ ਆਪਣੀ ਗੱਲ ਹੈ ਕਿ ਜਿਹੜੇ ਹਨ ਜਿਦਾਂ ਸੰਸਾਰ ਦੇ ਪੁਲਿਸ ਵਾਲੇ ਹਨ ਕਹਿੰਦੇ ਇਹਨਾਂ ਦੇ ਜਿਆਦਾ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਚਲੋ ਪੁਲਿਸ ਵਾਲੇ ਨੇਕ ਬੰਦੇ ਵੀ ਹਨ ਕਿਉਂ ਕਿ ਪਤਾ ਨਹੀਂ ਇਹਨਾਂ ਨੇ ਕਿਹੜੇ ਵੜੇ ਧੋਖਾ ਦੇ ਦੇਣਾ ਫੜ ਕੇ ਸਾਨੂੰ ਹੀ ਅੰਦਰ ਦੇ ਦੇਣਾ ਮੇਤਰਤਾ ਵੀ ਪਾਲਣਗੇ ਖਾਣ ਪੀਣ ਵੀ ਸਾਂਝਾ ਕਰ ਲੈਣਗੇ ਪਰ ਜਦੋਂ ਮੌਕਾ ਲਗਾ ਉਦੋਂ ਸਾਨੂੰ ਅੰਦਰ ਵੀ ਦੇ ਦੇਣਗੇ ਇਸੇ ਤਰ੍ਹਾਂ ਹੀ ਜਮਾਂ ਦੀ ਜਮਾਂ ਦੀ ਗੱਲ ਹੈ ਇਹਨਾਂ ਦਾ ਪਤਾ ਨਹੀਂ ਕਿਹੜੇ ਵੜੇ ਇਹਨਾਂ ਨੇ ਸਨ ਪਕੜ ਕੇ ਤੇ ਮੁੜ ਕੇ 76 ਫੇਰਨਾ ਸ਼ੁਰੂ ਕਰ ਦੇਣਾ ਹੈ ਇਸ ਕਰਕੇ ਜਿਨ੍ਹਾਂ ਨੇ ਨਾਮ ਦਾ ਲੇਖਾ ਲਿਖਿਆ ਭਾਵ ਵਾਹਿਗੁਰੂ ਦੇ ਘਰ ਵਿੱਚ ਨਾਮ ਦਾ ਲੇਖਾ ਲਖਾ ਤੇ ਜਮ੍ਹਾਂ ਦੇ ਨਾਲ ਤੇ ਉਹਨਾਂ ਦਾ ਵਾਹੀ ਕੋਈ ਨਹੀਂ ਚਿਤਰਗੋਵਤ ਉੱਤੇ ਹੈ ਹੀ ਨਹੀਂ ਹਨ ਧਰਮ ਰਾਜ ਉੱਤੇ ਹੈ ਹੀ ਨਹੀਂ ਹੈ ਜਿਹੜੇ ਨਾਮ ਜਪਦੇ ਨੇ ਉੱਥੇ ਨਹੀਂ ਇਹਨਾਂ ਦਾ ਕੰਮ ਕੋਈ ਵੀ ਉੱਥੇ ਤਾਂ ਵਾਹਿਗੁਰੂ ਹਾਜ਼ਰ ਹੈ ਆਪ ਉੱਥੇ ਗੁਰੂ ਹਾਜ਼ਰ ਹੈ ਸੋ ਇਸ ਕਰਕੇ ਉਹਨਾਂ ਦਾ ਲੇਖਾ ਕੀ ਹੈ ਉਹਨਾਂ ਨੇ ਆਪਣੇ ਸਵਾਸ ਜਿਹੜੇ ਹਨ ਗੁਰੂ ਦੇ ਦਰ ਤੇ ਨਾਮ ਦੀ ਮੋਹਰ ਲਾ ਕੇ ਸਫਲੇ ਕਰਕੇ ਜਮ੍ਹਾਂ ਕਰਾਤੇ ਜਿਹੜੇ ਸਵਾਸ ਆਪਾਂ ਲੈਨੇ ਹਾਂ ਜਿੰਨਿਆਂ ਸਵਾਸਾਂ ਦੇ ਉੱਤੇ ਗੁਰੂ ਵਾਹਿਗੁਰੂ ਗੁਰਮੰਤਰ ਦੀ ਮੋਹਰ ਲੱਗ ਜਾਂਦੀ ਹੈ ਜਿੰਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾਂ ਲੰਘਦੇ ਹਨ ਇਹ ਇਹ ਉੱਥੇ ਪ੍ਰਵਾਨ ਹੋਗੇ ਜਦੋਂ ਜਿਹੜੇ ਜਿੰਨਾ ਇਹਨਾਂ ਦਾ ਕੋਈ ਲੇਖਾ ਨਹੀਂ ਹੈ ਜਿਹੜੇ ਉਦਾਂ ਲੰਘਦੇ ਹਨ ਵਿਕਾਰ ਭੋਗਦਿਆਂ ਲੰਘਦੇ ਹਨ ਭੈੜੀਆਂ ਗੱਲਾਂ ਕਰਦਿਆਂ ਲੰਘਦੇ ਉਹਨਾਂ ਦਾ ਲਿਖਾ ਹੈ ਹਸਾਬਕ ਤਾਬ ਹੈ ਪਰ ਰੱਬ ਦੇ ਪਿਆਰਿਆਂ ਦੇ ਮਨ 'ਚ ਖਿਆਲ ਹੀ ਨਹੀਂ ਆਉਂਦਾ ਮੰਦਾ ਕੋਈ ਨਾ ਕੋ ਬਹਿਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਉਹਨਾਂ ਦਾ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ ਉਹ ਦੁਨੀਆ ਦੇ ਵੈਰੀ ਹੋਣਗੇ ਦੁਨੀਆ ਦੇ ਮਿੱਤਰ ਹੋਣਗੇ ਰੱਬ ਦੇ ਪਿਆਰਿਆਂ ਵਾਸਤੇ ਸਾਰੇ ਹੀ ਆਪਣੇ ਹੁੰਦੇ ਹਨ ਸੋ ਮਾਰੇ ਕਹਿੰਦੇ ਕਿ ਅਜਿਹੇ ਰੱਬ ਦੇ ਪਿਆਰਿਆਂ ਨੇ ਜਿਹੜਾ ਲੇਖਾ ਹੀ ਨਾਮ ਦਾ ਲਿਖਿਆ ਜਿਹੜਾ ਲੇਖਾ ਉਸ ਦੇ ਦਰਦ ਤੇ ਪ੍ਰਵਾਨ ਹੋ ਗਿਆ ਵਾਹਿਗੁਰੂ ਹਰਕਾ ਨਾਮ ਗੁਰਮੁਖ ਨੇ ਵਿਰਲੇ ਤੇ ਆਇਆ ਜਿੰਨਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਪਰ ਵਿਰਲੇ ਜਨ ਹਨ ਜਿਹੜੇ ਨਾਮ ਨੂੰ ਤੇ ਆਉਂਦੇ ਹਨ ਬਹੁਤ ਘੱਟ ਹਨ ਪਾਠ ਕਰਨ ਵਾਲੀ ਦੁਨੀਆ ਵੇਖ ਲੋ ਕਿੰਨੀ ਹੈ ਹੋਰ ਕੰਮ ਕਰਨ ਵਾਲੀ ਦੁਨੀਆ ਬਹੁਤ ਹੈ ਲੇਕਿਨ ਨਾਮ ਜਿਹੜਾ ਹੈ ਇਹ ਥੋੜਾ ਔਖਾ ਕੰਮ ਹੈ ਇੱਕ ਸ਼ਬਦ ਦੇ ਤੇ ਮਨ ਨੂੰ ਟਿਕਾਉਣਾ ਜਿਹੜਾ ਹੈ ਇਹ ਹੈ ਤਾਂ ਔਖਾ ਹੈ ਨਾ ਪਰ ਜਿਹੜਾ ਟਿਕਣ ਲੱਗ ਪਵੇ ਗੁਰੂ ਦੀ ਕਿਰਪਾ ਨਾਲ ਕੋਈ ਪੁਰਬਲਾ ਚੰਗਾ ਕਰਮ ਵੀ ਨਾਲ ਹੋਵੇ ਫਿਰ ਉਹ ਇਹ ਆਨੰਦ ਮਾਣਦਾ ਹੈ ਰਸ ਮਾਣਦਾ ਹੈ ਫਿਰ ਉਹ ਇਸ ਨੂੰ ਛੱਡ ਨਹੀਂ ਸਕਦਾ ਜਤਨ ਵੀ ਕਰੇ ਕਬੀਰ ਜੀ ਦਾ ਬਚਨ ਹੈ ਨਾ ਕਹਿੰਦੇ ਦੇਖ ਲਓ ਮੈਂ ਤਾਂ ਇਹਨੂੰ ਛੱਡਣਾ ਚਾਹੁੰਦਾ ਹਾਂ ਪਰ ਹੁਣ ਰੱਬ ਨਹੀਂ ਮੈਨੂੰ ਛੱਡਦਾ ਫਿਰ ਇਦਾਂ ਇਦਾਂ ਵਾਪਰਦਾ ਫਿਰ ਤੁਸੀਂ ਨਾਮ ਨਹੀਂ ਛੱਡ ਸਕਦੇ ਜਤਨ ਵੀ ਕਰੋਗੇ ਕਿ ਹੁਣ ਨਹੀਂ ਮੈਂ ਜਪਣਾ ਤਾਂ ਵੀ ਨਾ ਆਪ ਤੁਹਾਨੂੰ ਘੇਰ ਕੇ ਫੇਲਾ ਲੇਗਾ ਇਸ ਪਾਸੇ ਇਹ ਪਰ ਹਨ ਵਿਰਲੇ ਨਹੀਂ ਕਣੇ ਬਹੁਤੇ ਨਹੀਂ ਹਨ ਅਜਿਹੇ ਜਿਹੜੇ ਨਾਮ ਧਿਆਉਣ ਵਾਲੇ ਹਾਂ ਮਾੜਾ ਮੁਰ ਕਿ ਥੋੜਾ ਬੜਾ 5-10ਵੇਂ ਕਿ ਕੋਈ ਲਾ ਲੇ ਕਿਸੇ ਨੇ ਕੋਈ ਵੱਤੋ ਵਾਦਦਾ ਕਹਿੰਦਾ ਲਾ ਲਾ ਕਹਿੰਦੇ ਕਹਿੰਦਾ ਲਾ ਲਾ ਇੰਨਾ ਕੀ ਕਰਨ ਵਾਲੇ ਹਨ ਤੇ ਜਿਹੜੇ ਹਰ ਵੇਲੇ ਹੀ ਉਠ ਅਤੇ ਬੈਠ ਅਤੇ ਸੋਵਤ ਤੇ ਜਾਗਤ ਗੁਰਮੰਤਰ ਇਹਦੇ ਚਤਾਰ ਵਾਲੀ ਗੱਲ ਜਿਹੜੀ ਹੈ ਉਹ ਵਿਰਲੇ ਆ ਸੋ ਸਤਗੁਰੂ ਜੀ ਕਿਰਪਾ ਕਰਨ ਜੋ ਪਾਵਨ ਵਿਦੇਸ਼ ਆਪਾਂ ਇਹ 17ਵੀਂ ਪੌੜੀ ਤੇ ਸਲੁਕਾ ਰਹੀ ਸਿੱਖਿਆ ਹੈ ਸਾਡੇ ਹਿਰਦੇ 'ਚ ਵਸੇ ਲੱਗ ਜਾਈਏ ਇਸ ਵਸੇ ਵਾਹ ਗੁਰੂ 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 Why grew? 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 Wow.